ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। 25 ਮਈ ਨੂੰ ਖੁੱਲ੍ਹਣ ਜਾ ਰਹੇ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ। 9:30 ਵਜੇ ਕਪਾਟ ਖੁੱਲ੍ਹਣਗੇ, 10 ਵਜੇ ਸ਼ਬਦ ਕੀਰਤਨ ਦਾ ਗਾਇਨ ਕੀਤਾ ਜਾਵੇਗਾ। ਸ਼ਨੀਵਾਰ 12:30 ਵਜੇ ਪਹਿਲੀ ਅਰਦਾਸ ਹੋਵੇਗੀ ਸਾਲ ਦੀ। ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਤੋਂ 5 ਪਿਆਰੇ ਨਗਰ ਕੀਰਤਨ ਲੈ ਕੇ ਰਵਾਨਾ ਹੋਏ ਨੇ। ਹੁਕਮਨਾਮੇ ਤੋਂ ਬਾਅਦ ਸੰਗਤ ਨਗਰ ਕੀਰਤਨ ਦੇ ਨਾਲ ਰਵਾਨਾ ਹੋਈ ਹੈ। ਇੱਕ ਦਿਨ ਪਹਿਲਾਂ ਹੀ ਗੋਬਿੰਦ ਘਾਟ ਵਿਖੇ 3200 ਸ਼ਰਧਾਲੂ ਪਹੁੰਚ ਗਏ ਨੇ। 15,200 ਫੁੱਟ ਦੀ ਉਚਾਈ ਤੇ ਨਗਰ ਕੀਰਤਨ ਜਾਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਘਰ ਵਿਖੇ ਮੁੜ ਸਥਾਪਿਤ ਕੀਤਾ ਜਾਵੇਗਾ ਤਾਂ ਤਸਵੀਰਾਂ ਬੇਹੱਦ ਅਲੌਕਿਕ। ਹਰੇਕ ਸਾਲ 25 ਮਈ ਨੂੰ ਹੇਮਕੁੰਟ ਸਾਹਿਬ ਜੀ ਦੇ ਕਪਾਟ ਖੁੱਲ੍ਹੇ ਜਾਂਦੇ ਨੇ ਅਤੇ ਅਕਤੂਬਰ ਦੇ ਮਹੀਨੇ ਇਹਨਾਂ ਕਪਾਟਾਂ ਨੂੰ ਬੰਦ ਕਰਕੇ ਗੁਰੂ ਸਾਹਿਬ ਨੂੰ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਵਿਖੇ ਲਿਆਇਆ ਜਾਂਦਾ ਹੈ ਤੇ ਹਰੇਕ ਸਾਲ ਇਹੀ ਪ੍ਰਕਿਰਿਆ ਹੁੰਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਸਥਾਨਕ ਲੋਕ, ਸਿੱਖ ਭਾਈਚਾਰਾ ਅਤੇ ਸ਼ਰਧਾਲੂ ਸ਼ਾਮਲ ਹੁੰਦੇ ਨੇ ਤੇ 25 ਮਈ ਨੂੰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਜਾ ਰਹੇ ਨੇ। ਕਪਾਟ ਖੁੱਲ੍ਹਣ ਤੋਂ ਪਹਿਲਾਂ ਹੀ 3200 ਸ਼ਰਧਾਲੂ ਗੋਬਿੰਦ ਘਾਟ ਵਿਖੇ ਪਹੁੰਚ ਗਏ ਨੇ ਅਤੇ 25 ਮਈ ਨੂੰ ਆਪਣੀ ਯਾਤਰਾ ਸ਼ੁਰੂ ਕਰਨਗੇ ਅਤੇ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਨਗੇ। 2024 ਕੀ ਯਾਤਰਾ ਕਾ ਸ਼ੁਭ ਆਰੰਭ ਗੁਰਦੁਆਰਾ ਗੋਬਿੰਦ ਘਾਟ ਸੇ ਹੁਆ ਹੈ। ਅਸਲੀ ਯਾਤਰਾ ਜੋ ਹੈ ਉਹ ਗੋਬਿੰਦ ਘਾਟ ਸੇ ਹੀ ਚਲਤੀ ਹੈ ਕਿਉਂਕਿ ਯਹਾਂ ਸੇ ਪੈਦਲ ਯਾਤਰਾ ਸਟਾਰਟ ਹੋਤੀ ਹੈ। ਆਜ ਸੁਬਹਾ 8 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅਖੰਡ ਪਾਠ ਕੇ ਭੋਗ ਪਾਏ ਗਏ ਹੈ, ਉਪਰੰਤ ਅਰਦਾਸ ਔਰ ਹੁਕਮਨਾਮਾ ਲਿਆ ਗਿਆ। ਇਸਕੇ ਉਪਰੰਤ 5 ਪਿਆਰੋਂ ਕੀ ਅਗਵਾਈ ਮੇਂ ਬੈਂਡ ਬਾਜੋਂ ਕੀ ਦੋਨੋਂ ਮੇਂ ਸਾਰੀ ਸੰਗਤ ਕੋ ਗੋਬਿੰਦ ਧਾਮ ਕੇ ਲਈ ਰਵਾਨਾ ਕੀਆ ਗਿਆ ਹੈ। ਔਰ ਸੰਗਤ ਮੇਂ ਇਤਨਾ ਕੁ ਉਤਸ਼ਾਹ ਹੈ ਜੋ ਹਮ ਦੇਖ ਰਹੇ ਹਾਂ ਕਿ ਪਿਛਲੇ 2-3 ਦਿਨ ਸੇ ਕੰਟੀਨਿਊਲੀ ਸੰਗਤ ਲਗਾਤਾਰ ਯਹਾਂ ਪੇ ਪਹੁੰਚ ਰਹੀ ਹੈ। 3200-3300 ਕੇ ਕਰੀਬ ਯਾਤਰੀ ਜੋ ਹੈ ਆਜ ਸ਼੍ਰੀ ਹੇਮਕੁੰਟ ਸਾਹਿਬ ਜੀ ਕੇ ਦਰਸ਼ਨ ਦਿਦਾਰੇ ਕਰਨੇ ਕੇ ਲੀਏ ਗੋਬਿੰਦ ਧਾਮ ਕੋ ਰਵਾਨਾ ਹੋਏ ਹੈ। ਔਰ ਆਸ਼ਾ ਕਰਤੇ ਹੈ ਕਿ ਜਿਸ ਹਿਸਾਬ ਸੇ ਯਾਤਰੀਓਂ ਮੇਂ ਉਤਸ਼ਾਹ ਹੈ ਤੋ ਇਸ ਸਾਲ ਜੋ ਯਾਤਰਾ ਹੈ ਪੂਰੇ ਜ਼ੋਰ ਪੇ ਰਹੇਗੀ। ਔਰ ਗੁਰੂ ਕੇ ਚਰਨੋਂ ਮੇਂ ਵੀ ਅਰਦਾਸ ਹੈ ਕਿ ਜੋ ਵੀ ਯਾਤਰੀ ਯਹਾਂ ਪੇ ਆਏ ਸਭ ਕੀ ਯਾਤਰਾ ਬਿਲਕੁਲ ਨਿਰਵਿਘਨਤਾ ਸਹਿਤ ਆਪਕੀ ਕਿਰਪਾ ਸੇ ਸਦਾ ਨਿਰਵਿਘਨਤਾ ਸਹਿਤ ਪੂਰੀ ਹੋਤੀ ਰਹੇ। ਬਹੁਤ ਅੱਛਾ ਲਗਾ, ਬਹੁਤ ਵਿਵਸਥਾ ਹੈ, ਪ੍ਰਬੰਧ ਹੈ, ਬਹੁਤ ਅੱਛਾ ਪ੍ਰਬੰਧ ਹੈ ਜਹਾਂ ਗੁਰਦੁਆਰਾ ਸਾਹਿਬ ਨੇ ਆਰਾਮ ਚਲੇ ਹੈ ਗੋਬਿੰਦ ਘਾਟ ਕੇ ਲਈ। ਮੇਰੇ ਕੋਟਲਾ ਸੇ ਫਿਰ ਰਾਤ ਕੋ ਹਮ ਯਹਾਂ ਪਹੁੰਚੇ ਤੋ ਬਹੁਤ ਵਧੀਆ ਮਤਲਬ ਵਿਵਸਥਾ, ਯਹਾਂ ਖਾਣਾ ਖੁਣਾ ਖਾ ਕੇ ਸੋਏ। ਅਭੀ ਹਮ ਜਾ ਰਹੇ ਸ਼੍ਰੀ ਹੇਮਕੁੰਟ ਸਾਹਿਬ ਤੋ ਰਾਤ ਰੁਕੇਂਗੇ ਗੋਬਿੰਦ ਧਾਮ, ਸੁਬਹਾ ਉੱਠ ਕੇ ਵਹਾਂ ਸੇ ਹੇਮਕੁੰਟ ਸਾਹਿਬ ਮੱਥਾ ਟੇਕ ਕੇ ਵਾਪਸ ਆ ਕੇ ਗੋਬਿੰਦ ਧਾਮ ਰੁਕੇਂਗੇ। ਕੱਲ੍ਹ ਕੋ ਵਹਾਂ ਰਾਤ ਬਿਤਾ ਕੇ ਪਰਸੋਂ ਕੋ ਜਹਾਂ ਆ ਕੇ ਫਿਰ ਵਾਪਸੀ ਆਏਗੇ। ਬਹੁਤ ਵਧੀਆ ਹੈ ਜੀ, ਬਹੁਤ ਮਤਲਬ ਹੇਮਕੁੰਟ ਸਾਹਿਬ ਯਾਤਰਾ ਤੋਂ ਆਏ ਜੀ, ਪਹਿਲਾਂ ਵੀ ਆ ਚੁੱਕੇ ਹਾਂ ਜੀ, 10-20 ਵਾਰ ਆਏ ਜੀ। ਬਹੁਤ ਵਧੀਆ ਪ੍ਰਬੰਧ ਹੈ ਜੀ, ਰਸਤੇ ਦੇ ਪ੍ਰਬੰਧ ਵਧੀਆ ਜੀ, ਆਪਣੇ ਗੁਰਦੁਆਰਾ ਮੈਨੇਜਮੈਂਟ ਦਾ ਪ੍ਰਬੰਧ ਵਧੀਆ, ਰਹਿਣ ਦਾ, ਲੰਗਰ ਦਾ, ਰਸਤਾ ਵੀ ਠੀਕ ਹੈ ਜੀ। ਅੱਗੇ ਨਾਲ ਬਹੁਤ ਅੱਗੇ ਵਧੀਆ ਹੋ ਗਿਆ ਇੱਥੇ ਦਾ ਸਾਰਾ ਕੁਛ।